जी माता जी, अरदास की है जी। वाहेगुरु जी का खालसा, वाहेगुरु जी की फतेह। पहले तो मैं सारी संगत का बहुत तह दिलो धन्यवाद करती हाँ कि जिन्ना भाई साहब की अरदास शामिल होके बहुत सेवा निभाई आ। बाकी संगत नूं बेनती करदी हां कि इदां ही असीं पंजा तख्तां ते संगत दे ओट आसरे दे नाल पंजा तख्तां ते अरदास बेनती करावांगे, खंड पाठ साहिब करावांगे। तो इदां ही सारियां संगतां नूं दिलों मेरी बेनती आ कि वह सारे तख्तां ते दर्शन देण। वाहिगुरु जी का खालसा, बोले सोनिहा सत श्री अकाल। ਵਧੀਆ ਠੀਕ ਠਾਕ ਆ। ਉਹ ਚੜ੍ਹਦੀ ਕਲਾ ਚ ਭਾਈ ਸਾਹਿਬ ਬਿਲਕੁਲ, ਉਹ ਸੰਗਤ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਸਾਰੀ ਸੰਗਤ ਚੜ੍ਹਦੀ ਕਲਾ ਚ ਰਹੇ, ਖੰਡੇ ਬਾਟੇ ਹੀ ਪਾਉਲ ਛਕੇ। ਜਿਹੜੇ ਕਿ ਉਹਨਾਂ ਦਾ ਕੀਤਾ ਹੋਇਆ ਕਾਰਜ ਸੀ ਉਹ ਸ਼ੁਰੂ ਕੀਤਾ ਹੀ ਰਹੇ, ਉਹ ਅੱਧ ਵਿੱਚ ਨਾ ਛੱਡਿਆ ਜਾਵੇ। ਹਾਂਜੀ, ਨਹੀਂ ਹੁਣ ਤੇ ਕੋਈ ਨੀ ਕੱਢੀ, ਅੱਗੇ ਕੱਢੀਆਂ ਬਾਬਾ ਰਾਮ ਸਿੰਘ ਜੀ ਨੇ ਦੋ ਖਾਲਸਾ ਵੀਰਾਂ, ਅਜੇ ਨੀ ਕੋਈ। ਅਜੇ ਤੇ ਹੁਣ ਇਹੀ ਆ ਵੀ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਕਰਨੀ। ਬਹੁਤ ਸੰਗਤ ਸੀ, ਸਾਰੀ ਸੰਗਤ ਹੋਈ ਆ ਸ਼ਾਮਿਲ ਪਰਿਵਾਰਾਂ ਦਾ। ਹੁਣ ਇਹਨਾਂ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਆੜ ਦੇ ਵਿੱਚ, ਹਾਂ ਉਹ ਵੀ ਬੀਬੀਆਂ ਬਹੁਤ ਆਈਆਂ ਸੀ। ਉਹ ਪਹਿਲਾਂ ਸਾਡੇ ਘਰ ਵੀ ਆ ਕੇ ਬਹੁਤ ਦੁਖੀ ਸੀ ਵਿਚਾਰੀਆਂ ਵੀ ਭਾਈ ਸਾਹਿਬ ਆਉਣ ਤੇ ਜਿੱਦਾਂ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੇ ਜਗ੍ਹਾ ਤੇ ਲਾਉਣ। ਤੇ ਹੁਣ ਉਹਨਾਂ ਦੇ ਇੱਕ ਹੋਰ ਆਸਰਾ ਲੈ ਕੇ ਅਸੀਂ ਚੱਲੇ ਹਾਂ ਕਿ ਹੁਣ ਗੁਰੂ ਦੀ ਕਚਹਿਰੀ 'ਚੋਂ ਨਿਆਂ ਮੰਗੀਏ। ਗੁਰੂ ਦੇ ਘਰ ਅਸੀਂ ਅਰਦਾਸ ਬੇਨਤੀ ਕੀਤੀ ਆ ਵੀ ਸਾਨੂੰ ਗੁਰੂ ਦੀ ਕਚਹਿਰੀ 'ਚੋਂ ਨਿਆਂ ਮਿਲੇ। ਤੇ ਇਸ ਕਰਕੇ ਵਧੀਆ ਠੀਕ ਆ, ਉਹ ਵੀ ਸਾਡੇ ਨਾਲ ਬਹੁਤ ਵਧੀਆ ਸਾਥ ਦੇ ਰਹੀ ਆ ਸਾਡਾ। ਹਾਂ ਹਾਂਜੀ, ਸੰਗਤ ਦਾ ਵੀ ਬਹੁਤ ਸਹਿਯੋਗ ਆ, ਸੰਗਤ ਬਹੁਤ ਜ਼ਿਆਦਾ ਦਿਲੋਂ ਕਰਦੀ ਭਾਈ ਸਾਹਿਬ ਨਾਲ ਪਿਆਰ, ਬਹੁਤ ਸਹਿਯੋਗ ਦੇ ਰਹੀ ਸੰਗਤ। ਖਾਲਸਾ ਵੀਰ ਜੀ ਬਾਬਾ ਰਾਮ ਸਿੰਘ ਦੀ ਗੱਲ ਕੀਤੀ, ਉਹ ਰੋਕ ਦਿੱਤੀ ਗਈ ਸੀ, ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਉਪਰਾਲਾ ਕਰਨਗੇ ਜਾਂ ਨਹੀਂ ਕਰਨਗੇ? ਕੋਈ ਨਹੀਂ ਉਪਰਾਲਾ ਉਹ ਕਰਨਗੇ, ਕਹਿੰਦੇ ਕਰਾਂਗੇ ਆਉਣ ਵਾਲੇ ਸਮੇਂ 'ਚ ਜਿੱਦਾਂ ਦਾ ਵੀ ਟਾਈਮ ਹੋਇਆ ਫਿਰ ਉਹ ਕਰਨਗੇ। ਪਰਿਵਾਰ ਵੱਲੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਲਿਖਿਆ ਜਾ ਰਿਹਾ ਵਾ ਵਹੀਰ ਕੱਢਣ ਦਾ? ਨਹੀਂ, ਪਰਿਵਾਰ ਵੱਲੋਂ ਕੋਈ ਨਹੀਂ ਇਹੋ ਜਿਹਾ ਪ੍ਰੋਗਰਾਮ, ਇਹ ਸੰਗਤ ਦੇ ਨਾਲ ਹੀ ਜਿਹੜੇ ਪੰਜਾਂ ਤਖਤਾਂ ਦੇ ਕਰਨਾ, ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਕਰਨਾ। ਮਤਲਬ ਜਿਵੇਂ ਪਰਿਵਾਰ ਬਾਹਰ ਜਾਂਦਾ ਕਿਤੇ ਏਅਰਪੋਰਟ ਤੇ ਚੈਕਿੰਗ ਕਰਕੇ ਵਾਪਸ ਭੇਜ ਦਿੱਤਾ ਜਾਂਦਾ, ਉਸ ਨੂੰ ਕਿਵੇਂ ਦੇਖੋ? ਉਹਨੂੰ ਕਿਵੇਂ ਦੇਖਣਾ? ਬਾਪੂ ਜੀ ਨੂੰ ਪੁੱਛੋ, ਬਾਪੂ ਜੀ ਮੁੜ ਕੇ ਆਏ ਆ।